ਇੱਥੇ ਆਪਣੇ ਕੋਲ ਦੁੱਧ ਲੱਸੀ ਅਤੇ ਬੀਵਰੇਜਿਸ ਦੀ ਅਸੈਪਟਿਕ ਪੈਕੇਜਿੰਗ ਹੁੰਦੀ ਆ। ਇਸ ਪੈਕੇਜਿੰਗ ਦੇ ਲਈ ਸਾਡੇ ਇਸ ਲਈ ਅਸੀਂ ਜਿਹੜਾ ਦੁੱਧ ਹੈਗਾ ਵਾ ਉਹਨੂੰ UHT ਦੇ ਵਿੱਚ ਸਟੇਰਾਈਲ ਕਰਨ ਤੋਂ ਬਾਅਦ 140 ਡਿਗਰੀ ਸੈਂਟੀਗ੍ਰੇਡ ਸਟਰਾਈਲ ਕਰਨ ਤੋਂ ਬਾਅਦ ਉਹਦੀ ਅਸੈਪਟਿਕ ਪੈਕੇਜਿੰਗ ਕਰਦੇ ਹਾਂ। ਅਸੈਪਟਿਕ ਪੈਕੇਜਿੰਗ ਕਰਨ ਦੇ ਲਈ ਸਾਡੇ ਕੋਲ 1 ਲੀਟਰ ਦੀ ਮਸ਼ੀਨ, 200 ML ਦੀ ਅਤੇ 130 ML ਕਪੈਸਿਟੀ ਦੀ ਮਸ਼ੀਨਾਂ ਹੈਗੀਆਂ। ਔਰ ਇਹਨਾਂ ਦੀ ਮੇਨਟੇਨੈਂਸ ਦਾ ਜਿਹੜਾ ਜੁੰਮਾ ਉਹ ਇੰਜੀਨੀਅਰਿੰਗ ਸੈਕਸ਼ਨ ਦਾ ਹੁੰਦਾ ਤਾਂ ਕਿ ਪੂਰੀ ਸਮੂਥਲੀ ਜਿਹੜਾ ਕੰਮ ਚੱਲਦਾ ਰਹੇ, ਕੋਈ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਨਾ ਆਵੇ। ਉਹਦੇ ਲਈ ਅਸੀਂ ਮੇਨਟੇਨੈਂਸ ਸ਼ਡਿਊਲ ਬਣਾਏ ਹੋਏ ਨੇ ਜਿਹੜੇ ਕਿ ਆਪਣਾ ਇਹਨਾਂ ਮਸ਼ੀਨਾਂ ਦੇ ਟੈਟਰਾਪੈਕ ਮਸ਼ੀਨਾਂ ਦੀ ਜਿਹੜੇ ਹਰ 1000 ਆਵਰ ਤੋਂ ਬਾਅਦ ਇਹਦੀ TPMS ਕੀਤੀ ਜਾਂਦੀ ਹੈ ਔਰ ਡੇਲੀ ਔਰ ਵੀਕਲੀ ਇਹਦੀ ਕੇਅਰ ਕੀਤੀ ਜਾਂਦੀ ਹੈ, ਜਿਹਦੇ ਕਰਕੇ ਸਾਰਾ ਰਾਊਂਡ ਦਾ ਕਲੋਕ ਮਸ਼ੀਨਾਂ ਸਮੂਥਲੀ ਚੱਲਦੀਆਂ ਬਿਨਾਂ ਬ੍ਰੇਕਡਾਊਨ ਦੇ। ਇਸੇ ਤਰ੍ਹਾਂ ਆਪਣੀ ਆਈਸਕ੍ਰੀਮ ਦੇ ਲਈ ਆਪਣੇ ਕੋਲ ਆਈਸਕ੍ਰੀਮ ਸੈਕਸ਼ਨ ਦੇ ਵਿੱਚ ਕੱਪ ਕੋਨ ਮਸ਼ੀਨ ਹੈ ਜੋ ਕਿ 6000 ਕੱਪ ਜਾਂ ਕੋਨ ਪਰ ਆਵਰ ਜਿਹੜੀ ਪ੍ਰੋਡਿਊਸ ਕਰਦੀ ਹੈ। ਇਸੇ ਤਰ੍ਹਾਂ ਕੈਂਡੀ ਮਸ਼ੀਨ ਹੈ, ਕੈਂਡੀ ਮਸ਼ੀਨ ਦੇ ਵਿੱਚ ਵੀ 6000 ਕੈਂਡੀਜ਼ ਪਰ ਆਵਰ ਪ੍ਰੋਡਿਊਸ ਹੁੰਦੀਆਂ ਹਨ। ਇਹਦੇ ਵਿੱਚ ਚੋਕੋ, ਔਰੇਂਜ ਅਤੇ ਬਾਕੀ ਹੋਰ ਵੇਰੀਐਂਟ ਆਪਾਂ ਕੱਢਦੇ ਹਾਂ। ਅਤੇ ਇਸੇ ਤਰ੍ਹਾਂ ਆਪਣੇ ਕੋਲ ਸਵੀਟਸ ਦੇ ਵਿੱਚ ਪੈਕਿੰਗ ਕਰਨ ਦੇ ਲਈ ਕੰਟੀਨਿਊਸ ਫਲੋ ਰੈਪ ਮਸ਼ੀਨ ਲਗਾਈ ਹੈ ਜੋ ਕਿ 1 ਮਿੰਟ ਦੇ ਵਿੱਚ 100 ਪੀਸ ਪੈਕ ਕਰਦੀ ਹੈ। ਇਸ ਤੋਂ ਇਲਾਵਾ ਜੋ ਸਟੀਮ ਜਨਰੇਸ਼ਨ ਦੇ ਲਈ ਸਾਡੇ ਕੋਲ ਬੋਇਲਰ ਲਗਾਇਆ ਹੋਇਆ, 2 ਟਨ ਦਾ ਬੋਇਲਰ ਹੈ ਔਰ ਇਨਵਾਇਰਮੈਂਟ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਬੋਇਲਰ ਜਿਹੜਾ ਹੈਗਾ ਉਹ LPG 'ਤੇ ਰੱਖਿਆ ਹੋਇਆ ਤਾਂ ਕਿ ਆਲੇ ਦੁਆਲੇ ਵਾਤਾਵਰਨ ਨੂੰ ਨੁਕਸਾਨ ਨਾ ਹੋਵੇ।